ਨੀ ਪ੍ਰੀਤ, ਪ੍ਰੀਤ ਹੈ ਨੀ, ਕਿੱਥੇ ਮਰ ਗਈ? ਗੱਲ ਸੁਣ ਮੇਰੀ। ਹਾਂਜੀ ਦੱਸੋ ਕੀ ਗੱਲ ਆ? ਨੀ ਕਾਲਾ ਲੂਣ ਲਿਆ ਮਾਸਾ ਕੁ, ਆ ਫਰੂਟ ਕੱਟਣੀ ਆ ਮੈਂ ਤੇਰੇ ਆਉਂਦਿਆਂ ਨੂੰ, ਤੇ ਖਾਈਏ ਮਾਸਾ ਜੀ ਕੁਛ ਹੋਣ ਦਿਆ। ਉੱਜੜੀ ਗਈਆਂ ਗੱਲਾਂ, ਮੈਂ ਅੰਦਰ ਬੈਠੀ ਟੈਨਸ਼ਨ ਲੈਣੀ ਆ ਕਿ ਕਿਹੜੇ ਹਿਸਾਬ ਨਾਲ ਮੈਂ ਆਪਣੇ ਪਿੰਡ ਜਾਵਾਂ। ਇਹ ਮੈਨੂੰ ਕਾਹਲੀ ਪੈਂਦੀ, ਕਾਲਾ ਲੂਣ ਲੈ ਗਿਆ, ਅੱਗੇ ਤੇ ਜਖਮਾਂ ਤੇ ਲੂਣ ਛਿੰਕਿਆ ਜਾਣ ਡਿਆ, ਤੁਸੀਂ ਉੱਤੋਂ ਕਾਲਾ ਲੂਣ ਮੰਗੀ ਜਾਣ ਡੇ ਜੇ। ਹੈ ਮਾਸਾ ਫਰੂਟ ਹੀ ਖਾਣਾ, ਕੀ ਆ ਢਿੱਡ ਨੂੰ ਝੁਲਕਾ ਹੀ ਦੇਣਾ ਆ। ਮੰਮੀ ਉਦੋਂ ਮੈਂ ਲਾ ਲਿਆ ਤੁਹਾਡਾ ਸਾਹਿਬ, ਸਾਰੇ ਜਣੇ ਆਉਂਦੇ ਸੀ, ਪਰ ਹੁਣ ਤੇ ਮੈਂ ਇਹਨੂੰ ਅੱਖੀ ਵੇਖ ਲਿਆ, ਵਾਕਈ ਤੁਹਾਡੇ ਚੋਂ ਮਾਸਾ ਜਿੰਨੀ ਸਿਆਣਪਣੀ ਜੇ ਹੈਗੀ। ਭੁੱਖੇ ਰਹੀਏ ਤੇ ਫਿਰ ਸਿਆਣ ਪਿਆ ਹਨਾ। ਫਰੂਟ ਨਾਲ ਨੀ ਤੁਹਾਡੀ ਭੁੱਖ ਮਿਟਣੀ, ਮੈਂ ਤੁਹਾਨੂੰ ਆਲੂਆਂ ਵਾਲੇ, ਗੋਭੀ ਵਾਲੇ, ਮੂੜੀਆਂ ਵਾਲੇ ਪਰੌਂਠੇ ਬਣਾ ਦਿੰਦੀ ਆ। ਤੁਹਾਨੂੰ ਮਾਸਾ ਜਿੰਨਾ ਫਿਕਰ ਹੈਗਾ ਵਾ ਕਿ ਕੁੜੀ ਮੇਰੀ ਘਰ ਬਹਿ ਗਈ ਆ, ਕਿਹੜੇ ਹਿਸਾਬ ਨਾਲ ਮੈਂ ਉਹਨੂੰ ਉੱਥੇ ਛੱਡ ਕੇ ਆਉਣਾ ਵਾ। ਸਿਆਣਪ ਵਰਤਦੇ ਨੀ ਤੁਸੀਂ ਹੈਗੇ, ਮਾਂ ਜੀ ਤੁਹਾਨੂੰ ਆਪਣੇ ਢਿੱਡ ਦੇ ਨਾਲ ਹੀ ਵਾਸਤਾ ਵਾ। ਚੰਗਾ ਮੇਰੀਏ ਬੇਬੇ, ਮੇਰੇ ਨਾ ਖਾਣ ਨਾ ਨਾ ਤੇਰਾ ਵਿੱਕੀ ਤੈਨੂੰ ਲੈ ਜੇ, ਮੇਰੀ ਕੋਈ ਗੱਲ, ਮੈਂ ਭੁੱਖੀ ਵੀ ਰਹਿ ਲਾਂਗੀ, ਕੋਈ ਗੱਲ ਨਹੀਂ, ਮੈਂ ਰੋਟੀ ਵੀ ਨਹੀਂ ਖਾਂਦੀ ਫਰੂਟ ਛੱਡ ਕੇ। ਤੇ ਮੇਰੇ ਸਿਰ ਕਾ ਤਾਂ ਚੜੀ ਜਾਣ ਡੇ ਜੇ, ਤੇਰੇ ਸਿਰ ਚੜਨਾ ਜਿਹੜੀ ਕਿ ਫਰੂਟ ਖਾਂਦੀ, ਫਰੂਟ ਖਾਂਦੀ ਵੇ ਕਿੱਡੀ ਛੇਤੀ ਸਾਂਘਾ, ਵੇ ਕਿੱਡੀ ਛੇਤੀ ਲੰਦੇ, ਜੇ ਮੈਨੂੰ ਨਾ ਆਪਣੀਆਂ ਸਲਾਹਾਂ ਦਿੰਦੇ ਤੇ ਮੈਂ ਅੱਜ ਨੂੰ ਆਹ ਦਿਨ ਵੇਖਣੇ ਪੈਂਦੇ। ਬੇਬੇ ਮੇਰੀ ਸਲਾਹਾਂ ਤਾਂ ਤੂੰ ਮੈਨੂੰ ਦੇਨੀ ਆ ਫੋਨ ਕਰਕੇ, ਭਾਬੀ ਨੂੰ ਆਹ ਕੁਛ ਕਹੋ, ਆਹ ਕੁਛ ਕਹੋ। ਅੱਛਾ ਮੈਂ ਵੀ ਮੈਨੂੰ ਇਹ ਕਿਛ ਕਹਿ ਤੇ ਤੁਸੀਂ ਕਿਹਦੇ ਬੋਲਣ ਲੈਣ ਲੱਗੇ ਮੈਨੂੰ, ਤੁਹਾਡੇ ਦੇ ਕੰਨ ਨਾਲ ਫੋਨ ਲੱਥ ਨਹੀਂ ਦਿੰਦਾ। ਤੇ ਫਿਰ ਤੂੰ ਮੈਨੂੰ ਸਲਾਹ ਨਾ ਦਿੰਦੀ, ਤੂੰ ਹੋਰ ਜੋ ਤੁਸੀਂ ਕਰਨਾ ਸੀ ਨਾ ਬੜਾ ਵਧੀਆ ਕਰ ਦਿੱਤਾ ਜੇ। ਨਹੀਂ ਮੈਂ ਕੀਤਾ ਵਾ, ਤੂੰ ਕੀਤਾ ਸਾਰਾ ਕੁਛ, ਮੈਂ ਨਹੀਂ ਕੁਛ ਵੀ ਕੀਤਾ ਕਮਜਾਤੇ, ਤੂੰ ਲੈ ਕੇ ਬੈਠੀ ਸਾਰੇ ਘਰਾਂ ਨੂੰ, ਆਪਣੇ ਘਰ ਨੂੰ ਤੇ ਸਾਡੇ ਨੂੰ ਵੀ, ਤੇਰੀਆਂ ਬੇੜੀਆਂ 'ਚ ਵੱਟੇ ਪਏ ਆ ਸਾਰੇ। ਭਰਜਾਈ ਦੀ ਇਹ ਘੱਟ ਚੱਲਣੀ ਚਾਹੀਦੀ, ਨਣਿਆਂ ਦੀ ਜ਼ਿਆਦਾ ਚੱਲਣੀ ਚਾਹੀਦੀ ਆ, ਉਹਦੇ ਤੇ ਪ੍ਰਧਾਨਗੀ ਤੂੰ ਹੀ ਕਰਨੀ ਆ, ਮੇਰੇ 'ਤੇ ਵੀ ਨਾਲ, ਸਾਡੇ ਟੱਬਰ 'ਤੇ ਵੀ। ਆਏ ਹਾਏ ਹਾਏ, ਹੁਣ ਸਾਡਾ ਟੱਬਰ ਹੋ ਗਿਆ, ਜਿੱਦਣ ਤੁਸੀਂ ਉਹਨੂੰ ਬਾਹ ਫੜ ਕੇ ਬਾਹਰ ਕੱਢਿਆ ਸੀ ਉਹਦੋਂ ਕਿਹੜਾ ਟੱਬਰ ਸੀ? ਨਹੀਂ ਤੇਰਾ ਹੀ ਕਸੂਰ ਹੀ, ਤੇਰਾ ਹੀ ਉਹ ਵੀ, ਮੈਂ ਤਾਂ ਕਦੀ ਵੀ ਕੱਢਦੀ ਸੂਰਤ, ਤੁਸੀਂ ਬੇੜਾ ਕਰਕੇ ਕੀਤਾ ਜੀ, ਮੈਂ ਇਕੱਲੀ ਕਦੀ ਵੀ ਨਹੀਂ ਕੱਟ ਸਕਦੀ, ਜੇ ਤੂੰ ਫਟ ਰੇ ਨਾ ਸਾਡੇ ਘਰ ਆਉਂਦੀਆਂ ਤੇ। ਆਹੋ ਹੁਣ ਮੈਂ ਫਟ ਹੋ ਗਈ, ਮੈਂ ਕਮਜ਼ਾਤ ਹੋ ਗਈ, ਚਲਾਕ ਤੇ ਤੁਸੀਂ ਬੜੇ ਜੇ ਮੇਰਾ ਘਰ ਬਰਬਾਦ ਕਰਕੇ, ਤੇ ਹੁਣ ਲੱਗੇ ਜੇ ਮਾਂ ਜੀ ਮੇਰੇ ਨਾਲ ਲੜਾਈਆਂ ਕਰ ਕਰਕੇ, ਤੇ ਫਿਰ ਮੈਨੂੰ ਨਹੀਂ ਪਤਾ ਮੈਂ ਤੁਹਾਡੇ ਸਿਰ ਚੜ ਕੇ ਕੁਝ ਖਾ ਕੇ ਮਰ ਜਾਣਾ, ਮੈਨੂੰ ਮੇਰੇ ਪਿੰਡ ਛੱਡ ਕੇ ਆਓ। ਮੇਰੀ ਗੱਲ ਸੁਣ, ਅੱਗੇ ਲੱਗੋ ਮੈਨੂੰ ਉੱਥੇ ਵਿੱਕੀ ਦੇ ਨਾਲ ਲੜਨੀ, ਉਦੋਂ ਵੀ ਮੈਂ ਉੱਥੇ ਨਹੀਂ ਹੁੰਦੀ ਆ, ਉਹਦਾ ਮੈਂ ਘਰ ਤੇਰਾ ਬਰਬਾਦ ਕੀਤਾ ਵਾ, ਫੋਨ ਕਰਕੇ ਕੌਣ ਸਲਾਹਾਂ ਨਹੀਂ ਲੈਂਦਾ? ਬਰਬਾਦ ਤੂੰ ਮੇਰਾ ਘਰ ਕੀਤਾ, ਆਪਣਾ ਵੀ ਆਪੇ ਕੀਤਾ ਈ। ਮਾਂ ਜੀ ਨਾ ਮਾਂ, ਤਾਂ ਕਰਕੇ ਮੈਂ ਤੁਹਾਨੂੰ ਕੁਝ ਕਹਿ ਨਹੀਂ ਡਈ, ਜੇ ਤੁਹਾਡੀ ਸਾਡੇ ਇੱਥੇ ਕੋਈ ਹੋਰ ਕੋਈ ਬੇਟਾ ਹੁੰਦਾ ਤਾਂ ਮੈਂ ਦੱਸ ਦੇ ਰਿਹਾ ਸੀ ਇੱਕ ਵਾਰੀ ਕਿ ਮੈਂ ਕਿਹੜੀ ਚੀਜ਼ ਆ। ਇਹੋ ਐਸੇ ਚੀਜ਼ ਨੇ ਤੇਰਾ ਵਿਗਾੜ ਪਾਇਆ ਈ, ਨੀ ਜਾ ਪਵਾੜੇ ਪਾਉਣੀਏ, ਕਹਿੰਦੀ ਖਾ ਨਾ ਕੁਛ, ਖਾ ਨਾ ਕੁਛ, ਲੱਗੀ ਆ ਮੈਨੂੰ ਵੱਡੀਆਂ ਗੱਲਾਂ ਕਰਨ, ਇਹ ਰੱਖੀ ਮੇਰੇ ਘਰ ਪਵਾੜੇ ਪਾਉਣੀ, ਨਾ ਹੀ ਮੇਰੇ ਘਰ ਜੰਮਦੀ ਏ ਤੇ ਚੰਗੀ ਗੱਲ ਹੈਗੀ, ਨਾ ਹੀ ਇਸ ਘਰ ਚ ਪਵਾੜੇ ਪੈਂਦੇ। ਆਹੋ ਪਵਾੜੇ ਤੇ ਮੇਰੇ ਕਰਕੇ ਪੈਣ ਡਿਆ, ਤੁਸੀਂ ਆਰਾਮ ਨਾਲ ਆਪਣਾ ਖਾਣ ਵਾਲਾ ਸਮਾਨ ਖਾਓ, ਠੀਕ ਹੈ ਨਾ, ਮੈਂ ਚੱਲ ਜਾਂਦੀ ਹਾਂ ਇੱਥੋਂ। ਇਸੇ ਗੱਲ ਦੀ ਤੈਨੂੰ ਖਿਆਈ ਆ, ਕਹਿੰਦੀ ਵੀ ਮਰ ਜਾਏ ਭਾਵੇਂ ਭੁੱਖੀ, ਖਾਵੇ ਨਾ ਕੁਛ ਵੀ। ਸਿਆਣਿਆਂ ਨੇ ਸੱਚ ਹੀ ਕਿਹਾ ਵਾ ਕਿ ਢੋਲ ਦੂਰੋਂ ਦੂਰੋਂ ਵੱਜਦੇ ਚੰਗੇ ਲੱਗਦੇ ਆ, ਜਦੋਂ ਲਾਗੇ ਆਉਂਦੇ ਆ ਨਾ ਤੇ ਕੰਨ ਹੀ ਖਾਂਦੇ ਆ। ਉਹੀਓ ਗੱਲ ਮੇਰੀ ਆ ਕਿ ਮਾਂ ਦਾ ਪਿਆਰ ਦੂਰੋਂ ਤਾਂ ਬੜਾ ਚੰਗਾ ਲੱਗਦਾ ਸੀ, ਹੁਣ ਲਾਗੇ ਰਹਿ ਕੇ ਵੇਖ ਲਿਆ ਨਾ ਕਿਹੜੇ ਭਾਅ ਵੀ ਕਰਨ ਡਈ ਆ। ਗੁੱਸਾ ਹੀ ਚੜ੍ਹ ਲਿਆ ਮੈਨੂੰ ਤੇ, ਇਹਨਾਂ ਦੀ ਤਾਂ ਜਿੱਦ ਵੀ ਬੜੀ ਭੈੜੀ ਆ, ਇਹਨਾਂ ਨੇ ਨੀ ਇੱਕ ਵਾਰੀ ਵੀ ਆ ਕੇ ਮੈਨੂੰ ਕਹਿਣਾ, ਮੈਨੂੰ ਹੀ ਕਹਿਣਾ ਪੈਣਾ ਕਿ ਕੋਈ ਹੀ ਲਫ਼ਸੀਲਾ ਕਰ ਲਈਏ ਕਿ ਜਾਂ ਹੁਣ ਇੱਦਾਂ ਹੀ ਬੈਠੇ ਰਹਿਣਾ ਪੈਣਾ ਵਾ। ਪੰਗਾ ਹੀ ਪਾ ਲਿਆ ਮੈਂ ਤਾਂ ਇੱਥੇ ਆਣ ਕੇ, ਨਾ ਮੈਂ ਇੱਥੇ ਆਉਂਦੀ। ਇੱਦਾਂ ਗੁੰਗ ਬੱਟਾ ਬਣ ਕੇ ਬੈਠੇ ਜੇ ਨਾ ਤੇ ਕੋਈ ਗੱਲ ਨਹੀਂ ਜੇ ਬਣਨੀ,
ਉਹ ਕੁਝ ਸੋਚਿਆ ਜੇ ਨੀ ਹੁਣ ਆ ਗਈ ਆ ਫੇਰ ਮੇਰੇ ਨਾਲ ਅੱਡਾ ਲਾਉਣ। ਹੁਣ ਤੈਨੂੰ ਵਿੱਕੀ ਤੇ ਸੰਦੀਪ ਨੀ ਨਾ ਦੇਖਦੇ ਹੈਗੇ ਅੱਡਾ ਲਾਉਣ ਨੂੰ, ਹੁਣ ਆਂਦੀ ਹੁਣੀ ਆ ਵੀ ਇਹਨਾਂ ਅੱਡਾ ਲਾਵਾਂ, ਕੱਢ ਦੇ ਹੁਣ ਮੈਨੂੰ ਵੀ ਘਰੋਂ ਬਾਹਰ। ਮੈਨੂੰ ਕੀ ਲੋੜ ਪਈ ਹੈ ਤੁਹਾਨੂੰ ਕੱਢਣ ਦੀ, ਮੇਰੇ ਨਾਲ ਸਿਰ ਤੇ ਆਉਂਦੀ ਰਹਿੰਦੀ ਆ ਨਾ, ਕੀ ਕਰਾਂ ਮੈਂ ਕੀ ਕਰਾਂ ਮੈਨੂੰ ਤੁਸੀਂ ਦੱਸ ਦਿਓ, ਮੈਂ ਕੀ ਕਰਾਂ ਫਿਰ। ਜਾ ਖੂਹ ਚ ਛਾਲ ਮਾਰ ਜਾ। ਮੈਂ ਕਿਹੜੀ ਗੱਲ ਖੂਹ ਚ ਛਾਲ ਮਾਰਾਂ, ਮਰਨ ਮੇਰੇ ਦੁਸ਼ਮਣ, ਮੈਂ ਕਿਉਂ ਮਰਾਂ, ਮੈਂ ਤੇ ਆਪਣੀ ਧੀ ਕੋਲ ਜਾਣਾ ਵਾ। ਚੰਗਾ ਭਾ ਤੁਹਾਨੂੰ ਪਤਾ ਵਾ ਕਿ ਮੈਂ ਅੰਦਰ ਤੁਹਾਡੇ ਨਾਲ ਲੜ ਕੇ ਗਈ ਆ, ਪਰ ਤੁਹਾਨੂੰ ਤੇ ਕੋਈ ਪਰਵਾਹ ਹੈ ਹੀ ਨਹੀਂ ਆ, ਤੁਹਾਡੇ ਵੱਲੋਂ ਤੇ ਤੁਸੀਂ ਵਿਆਹ ਆਏ ਜੇ ਕੋਈ ਗੱਲ ਹੀ ਨਹੀਂ ਹੈਗੀ ਵੀ। ਅੰਦਰ ਮੈਂ ਬੁੜਬੁੜ ਕਰਨ ਡਈ ਆ, ਤੁਸੀਂ ਇੱਕ ਵਾਰੀ ਵੀ ਆ ਕੇ ਕਿਹਾ ਜੇ ਕਿ ਹਾਂ ਪ੍ਰੀਤ ਹੁਣ ਗਾੜੀ ਕੀ ਕਰਨਾ ਵਾ। ਤੁਹਾਨੂੰ ਚੰਗਾ ਭਲਾ ਪਤਾ ਵਾ ਕਿ ਵਿੱਕੀ ਇਹ ਗੱਲ ਕਹਿ ਕੇ ਗਿਆ ਕਿ ਜਿੰਨਾ ਤੱਕ ਉਹ ਜਿਹੜੀ ਮੈਡਮ ਵਾ ਨਾ ਇਸ ਘਰ 'ਚ ਨਹੀਂ ਨਾ ਆਉਂਦੀ, ਉਹਨਾਂ ਤੱਕ ਤੈਨੂੰ ਮੈਂ ਉਸ ਘਰ 'ਚ ਪੈਰ ਨਹੀਂ ਪਾਉਣ ਦੇਣਾ। ਤੁਸੀਂ ਕੋਈ ਗੱਲ ਹੀ ਨਹੀਂ ਕਰਨ ਡੇ ਮੇਰੇ ਨਾਲ। ਮੈਂ ਤੇ ਸੋਚ ਸੋਚ ਕੇ ਖਪਣ ਡਈ ਆ, ਸੜ ਸੜ ਕੇ ਮਰ ਚੱਲੀ ਆ, ਮੈਨੂੰ ਤੇ ਪਿੱਸੂ ਪਏ ਆ ਕਿ ਕੀ ਬਣੂਗਾ, ਸਾਰਾ ਕੁਛ ਮੈਨੂੰ ਹੀ ਦੱਸਣਾ ਪੈਂਦਾ ਵਾ। ਤੇ ਫੇਰ ਤੁਸੀਂ ਦੱਸਿਆ ਕਿ ਭੋਲੇ ਜੇ ਮੂੰਹ ਨਾ ਕਹਿ ਦਿੰਦੇ ਆ, ਤੂੰ ਤੇ ਪ੍ਰਧਾਨ ਕੀ ਕਰਦੀ ਫਿਰਦੀ ਆ, ਤੁਹਾਨੂੰ ਹੈਗਾ ਕਿ ਉੱਥੇ ਕਿੱਦਾਂ ਜਾਣਾ ਵਾ, ਉਹਨੂੰ ਕਿੱਦਾਂ ਮਨਾ ਕੇ ਲਿਆਉਣਾ ਮੈਡਮ ਨੂੰ। ਮੈਂ ਤੇ ਆਨੀ ਆ ਉਹ ਸੁੱਜ ਭੜੋਲੇ ਕੋਲ ਜਾਈਏ ਤੇ ਮਾੜੀਆਂ ਮੋਟੀਆਂ ਮਿੰਟਾਂ ਤਲੇ ਕਰਕੇ ਤੇ ਉਹਨੂੰ ਮਨਾਮ ਨੂੰ ਕਿੱਥੇ ਲੈ ਆਈਏ, ਉਹਨਾਂ ਤੱਕ ਨਹੀਂ ਜੀ ਇੱਥੇ ਗੱਲ ਬਣਨੀ ਹੈਗੀ। ਨਹੀਂ ਉਹ ਜਿਹੜੇ ਦੋਵੇਂ ਜਣੇ ਗਏ ਸੀ ਉਹਨਾਂ ਨਾਲ ਨਹੀਂ ਆਈ, ਸਾਡੇ ਨਾਲ ਤਾਂ ਉਹਨੇ ਛੇਤੀ ਨਾਲ ਹੀ ਆ ਜਾਣਾ ਵਾ। ਤੁਸੀਂ ਪਹਿਲਾਂ ਹੀ ਦਿਨ ਇਹ ਗੱਲਾਂ ਸੋਚ ਲਿਆ ਕਰੋਗੇ, ਹਾਂ ਇਹ ਗੱਲਾਂ ਸੋਚ ਕੇ ਤੇ ਤੁਸੀਂ ਪੈਰ ਨਹੀਂ ਪੁੱਟਣ ਦੇ, ਜਾਵਾਂਗੇ ਤੇ ਕੋਈ ਗੱਲ ਹੋਊਗੀ, ਇੱਦਾਂ ਬੈਠੇ ਨਹੀਂ ਜੇ ਕੋਈ ਗੱਲ ਹੋਣੀ ਨਹੀਂ, ਫਿਰ ਕਹਿਣਾ ਵਾ ਇਹ ਖੱਪਦੀ ਬੜਾ ਵਾ, ਇਹ ਹੱਥ ਪੈਰ ਬੜੇ ਮਾਰਦੀ ਆ, ਉੱਠੋ ਹੁਣੀ ਉੱਠ ਜਾਓ। ਹਾਂ ਮੇਰਾ ਤਾਂ ਜੀ ਨਹੀਂ ਕਰਨ ਡਿਆ ਜਾਣ ਨੂੰ, ਉਹਨੇ ਨਹੀਂ ਆਉਣਾ ਸਾਡੇ ਨਾਲ, ਸਾਡਾ ਜੀ ਨਹੀਂ ਕਰਨ ਡਿਆ ਜਾਣ ਨੂੰ। ਚੱਲ ਜੇ ਕਹਿੰਦੀ ਆ ਤੇ ਵੇਖ ਲੈਂਦੇ ਹਾਂ। ਜਾ ਜਾ ਛੇਤੀ ਕਰ। ਮੰਮੀ ਮੈਂ ਸੋਚਣ ਡੀ ਹਾਂ ਆਪਾਂ ਉੱਥੇ ਜਾਣ ਦੀ ਬਜਾਏ ਪਹਿਲਾਂ ਭੂਆ ਵਾਲਾ ਨਾ ਜਾਈਏ। ਹਾਏ ਹਾਏ ਭੂਆ ਬੜੀ ਅੱਗੋਂ ਸਿੱਧ ਪੱਧਰੀ ਆ, ਤੈਨੂੰ ਭੂਆ ਦੀਆਂ ਕੀਤੀਆਂ ਭੁੱਲ ਗਈਆਂ ਨੇ ਅੱਗੇ, ਕੀ ਕੁਛ ਇੱਥੇ ਕਰਕੇ ਗਈ ਆ ਜਦੋਂ ਤੂੰ ਅੱਗੇ ਆਉਂਦੀ ਆ, ਭੂਆ ਨੂੰ ਸੱਦ ਲਓ ਕੰਮ ਵਾਸਤੇ। ਮੇਰੀ ਸਾਰੀ ਗੱਲ ਸੁਣ ਲਓ, ਐਵੇਂ ਨਾ ਖਿਜਣ ਡਹਿ ਪਿਆ ਕਰੋ ਵੀ। ਨਹੀਂ ਭੂਆ ਨੇ ਆਣ ਕੇ ਕੰਮ 'ਚ ਕੜੰਮ ਪਾਉਣਾ ਹੀ ਸਗੋਂ। ਮੈਂ ਤੁਹਾਨੂੰ ਇਹ ਕਹਿਣ ਡਈ ਹਾਂ ਕਿ ਪਹਿਲਾਂ ਭੂਆ ਵੱਲ ਜਾਈਏ ਅਤੇ ਭੂਆ ਨੂੰ ਮਨਾਈਏ, ਭੂਆ ਜੇ ਮੰਨ ਜਾਂਦੀ ਹੈ ਨਾ ਅਤੇ ਭੂਆ ਨੂੰ ਨਾਲ ਲੈ ਕੇ ਅਤੇ ਉਹਦੇ ਚੱਲੀਏ। ਉਂਝ ਵੀ ਉਹ ਜਿਹੜੀ ਮੈਡਮ ਆ ਨਾ ਭੂਆ ਦੀ ਬਥੇਰੀ ਗੱਲ ਸੁਣਦੀ ਆ, ਸਾਡੇ ਇਹ ਨਾ ਹੋਵੇ ਆਪਾਂ ਦੋਵੇਂ ਜਣੀਆਂ ਚੱਲ ਜਾਈਏ ਅਤੇ ਸਾਡੇ ਗਲ ਹੀ ਪੈ ਜਾਣ, ਅਤੇ ਭੂਆ ਕਰਕੇ ਇਹਨਾਂ ਨੇ ਕੁਛ ਬੋਲਣਾ ਵੀ ਨਹੀਂ ਹੈਗਾ। ਭੂਆ ਦੀ ਬਥੇਰੀ ਇੱਜ਼ਤ ਕਰਦੇ ਆ, ਉਹਦੀ ਤਾਂ ਸ਼ਰਮ ਖਾਣਗੇ ਨਾ। ਮੈਂ ਤਾਂ ਕਹਿੰਦੀ ਚੱਲੀਏ ਉੱਧਰ ਪਹਿਲਾਂ। ਨਹੀਂ ਮੇਰਾ ਤਾਂ ਵੱਡਿਆ ਰੂਹ ਨਹੀਂ ਕਰਦਾ ਭੂਆ ਵੱਲ ਜਾਣ ਨੂੰ। ਲੋੜ ਵੇਲੇ ਸਿਆਣੇ ਕਹਿੰਦੇ ਹੁੰਦੇ ਨਾ ਗਧੇ ਨੂੰ ਵੀ ਬਾਪ ਬਣਾਉਣਾ ਪੈਂਦਾ ਵਾ, ਅਤੇ ਹੁਣ ਤਾਂ ਸਾਨੂੰ ਮਤਲਬ ਵਾ। ਮੰਮੀ ਭੂਆ ਚੱਲ ਜੂਗੀ ਨਾ ਅਤੇ ਚੰਗੀ ਰਹੂਗੀ, ਜੇ ਆਪਾਂ ਦੋਵੇਂ ਜਣੀਆਂ ਗਈਆਂ ਨਾ ਅਤੇ ਅਗਲਿਆਂ ਨੇ ਬੜੀ ਬੇਇੱਜ਼ਤੀ ਕਰਨੀ ਜੀ ਸਾਡੀ, ਅਤੇ ਇਹ ਨਾ ਹੋਵੇ ਸਾਡੇ ਹੱਥੀਂ ਪੈ ਜਾਣਾ। ਚੱਲ ਚਲੇ ਜਾਂਦੇ ਹਾਂ, ਪਰ ਉਹਨੇ ਵੀ ਸਾਡੀ ਬੇਇੱਜ਼ਤੀ ਕਰਨੀ ਮੈਨੂੰ ਪਤਾ ਹੈ। ਉਹ ਕੋਈ ਗੱਲ ਨਹੀਂ ਆ, ਫਿਰ ਵੀ ਖੂਨ ਦਾ ਰਿਸ਼ਤਾ ਵਾ, ਐਡੀ ਵੀ ਨਹੀਂ ਗੱਲ ਹੈਗੀ, ਮੰਨ ਲੈਣੀ ਆ ਭੂਆ ਨੇ ਸਾਡੀ। ਚੱਲ ਤੇਰੇ ਆਖੇ ਜਾਂਦੇ ਫਿਰ ਵੇਖ ਲੈਂਦੇ, ਉੱਧਰ ਨੂੰ ਚੱਲ ਜਾਂਦੇ ਫਿਰ। ਆਏ ਹਾਏ ਇਹ ਮਾਵਾਂ ਧੀਆਂ ਕਿੱਥੇ ਮੀਂਹ ਵੱਧ 'ਚ ਭੱਜੀਆਂ ਆਉਣ ਡੀਆਂ ਵਾ, ਇਹ ਤਾਂ ਕਿਤੇ ਸੁੱਕ ਪੁੱਕੇ ਨੇ, ਇੱਥੇ ਮੇਰੇ ਕੋਲ ਵੜਦੀਆਂ ਕੋਈ ਨਾ ਕੋਈ ਜ਼ਰੂਰ ਕਾਂਡ ਹੋਇਆ ਹੋਣਾ ਵਾ, ਜਿਹੜੀਆਂ ਮੀਂਹ ਵੱਧ 'ਚ ਦੌੜੀਆਂ ਆਉਣ ਡੀਆਂ ਵਾ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੂਆ ਜੀ। ਸਤਿ ਸ਼੍ਰੀ ਅਕਾਲ, ਆ ਜਾਓ।
ਬਹਿ ਜਾਓ, ਪਾਣੀ ਲਿਆਵਾਂ ਪੀਣਾ ਆ? ਨਹੀਂ ਪਾਣੀ ਤਾਂ ਨਹੀਂ, ਠੰਡ ਪੜੀ ਹੈ, ਪਾਣੀ ਨਹੀਂ ਪੀਣਾ ਹੈਗਾ, ਬਹਿ ਜਾਓ। ਹੋਰ ਸੁਣਾਓ, ਸਭ ਠੀਕ ਠਾਕ ਆ? ਹਾਂ ਸਭ ਠੀਕ ਠਾਕ ਵਧੀਆ। ਆ ਭਤੀ ਮੇਰੀ ਨੂੰ ਕਿੱਥੋਂ ਰਾਹ ਆ ਗਿਆ ਮੇਰੇ ਘਰ ਦਾ, ਇਹਨੂੰ ਤਾਂ ਮੇਰਾ ਚੇਤਾ ਹੀ ਭੁੱਲਿਆ ਸੀ। ਭੂਆ ਜੀ ਹੁਣ ਹਾਂ ਗੁੱਸੇ ਨਵਾਜ਼ੀਆਂ ਛੱਡੋ, ਆਪਣਾ ਤੁਹਾਡੇ ਵੱਲ ਬੜੇ ਜ਼ਰੂਰੀ ਕੰਮ ਆਇਆ, ਸਾਨੂੰ ਤੁਹਾਡੀ ਬੜੀ ਲੋੜ ਆ ਹੁਣ ਇਸ ਟਾਈਮ। ਨਹੀਂ ਭੂਆ ਦੇ ਘਰ ਦਾ ਤਾਂ ਤੁਹਾਨੂੰ ਉਦੋਂ ਹੀ ਚੇਤਾ ਆਉਂਦਾ ਜਦੋਂ ਤੁਹਾਨੂੰ ਕੋਈ ਕੰਮ ਹੁੰਦਾ, ਉਦਾਂ ਕਿੱਥੇ ਤੁਸੀਂ ਭੂਆ ਨੂੰ ਪੁੱਛਦੇ ਹੋ? ਮਤਬਲ ਤੋਂ ਬਿਨਾਂ ਤਾਂ ਤੁਸੀਂ ਕਿਤੇ ਕੂੰਦੀਆਂ ਨਹੀਂ ਕਿਸੇ ਦੇ ਨਾਲ, ਜੇ ਕਿਤੇ ਕੋਈ ਰਾਹ ਗਲੀ ਮਿਲ ਪੈਂਦਾ ਤਾਂ ਆਖਣਾ ਅੱਖ ਹੀ ਨਹੀਂ ਰਲਾਉਂਦੀਆਂ। ਉਹ ਨਹੀਂ ਨਹੀਂ ਭੂਆ ਜੀ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਆਪਾਂ ਤਾਂ ਸਗੋਂ ਭੂਆ ਜੀ ਕਰਦੇ ਰਹਿੰਦੇ ਹਾਂ, ਸਾਡਾ ਤਾਂ ਮੂੰਹ ਸੁੱਕ ਜਾਂਦਾ ਵਾ। ਵੀਰ ਜੀ ਤੁਹਾਨੂੰ ਆ ਕੇ ਲੈ ਕੇ ਵੀ ਜਾਂਦੇ ਰਹੇ ਆ, ਛੱਡ ਵੀ ਜਾਂਦੇ ਰਹੇ ਆ, ਕਿਉਂ ਨਹੀਂ ਹੁੰਦੇ ਰਹੇ ਵੀਰ ਜੀ ਹੁਣੀ? ਭੂਆ ਜੀ ਉਦੋਂ ਹੀ ਹੁੰਦਾ ਵਾ ਜਦੋਂ ਤੁਹਾਨੂੰ ਮਤਬਲ ਹੁੰਦਾ ਵਾ, ਉਦਾਂ ਭੂਆ ਨੂੰ ਕੌਣ ਪੁੱਛਦਾ ਆ, ਉਦਾਂ ਤੇ ਤੂੰ ਕੌਣ ਤੇ ਮੈਂ ਕੌਣ? ਕਿਉਂ ਭੂਆ ਜੀ ਤੁਹਾਨੂੰ ਇੱਥੋਂ ਲੈ ਕੇ ਨਹੀਂ ਗਏ? ਤੁਸੀਂ ਤਾਂ ਸਗੋਂ ਆਪ ਹੀ ਨਹੀਂ ਉੱਥੇ ਰਹੇ, ਛੇਤੀ ਛੇਤੀ ਤੁਸੀਂ ਇੱਥੇ ਆਉਣ ਦੀ ਕੀਤੀ ਆ ਕਿ ਮੈਂ ਛੇਤੀ ਆਪਣੇ ਪਿੰਡ ਚੱਲ ਜਾਂ। ਜਾ ਨਹੀਂ ਜਾ, ਐਡੀ ਚਲਾਕ ਬਹੁਤੀ ਤੂੰ ਭੋਲੀ ਨਾ ਬਣ, ਤੈਨੂੰ ਭਲਾ ਕਿਸੇ ਗੱਲ ਦਾ ਭੁਲੇਖਾ ਵਾ? ਦੋਵੇਂ ਮਾਵਾਂ ਧੀਆਂ ਤੁਸੀਂ ਰਲੀਆਂ ਚੋਕਦੀਆਂ ਸੀ, ਕਿੰਨੀਆਂ ਮੇਰੀਆਂ ਗੱਲਾਂ ਕੀਤੀਆਂ ਸਾਰੀਆਂ ਮੈਂ ਸੁਣ ਲਈਆਂ ਸੀ। ਇੱਦਾਂ ਕਰਨ ਰਹੀ ਆ ਜਿੱਦਾਂ ਇਹਨੂੰ ਕਿਸੇ ਗੱਲ ਦਾ ਹੀ ਨਹੀਂ ਪਤਾ ਹੁੰਦਾ, ਹੁਣ ਤੂੰ ਮੈਨੂੰ ਸ਼ਦੈਨ ਨਾ ਇੰਨੀ ਬਣਾਓ, ਮੈਨੂੰ ਸਾਰਾ ਹੀ ਪਤਾ ਆ, ਮੈਨੂੰ ਧੁੱਪੇ ਨਹੀਂ ਧੋਲੇ ਆ ਗਏ। ਭੈਣ ਜੀ ਗੱਲਾਂ ਮੈਂ ਵੀ ਬੜੀਆਂ ਕੀਤੀਆਂ ਅਤੇ ਘੱਟ ਤੁਸੀਂ ਵੀ ਨਹੀਂ ਕੀ ਕੀਤੀ ਹੈਗੀ, ਅਤੇ ਜੇ ਤੁਸੀਂ ਪੁਰਾਣੀਆਂ ਗੱਲਾਂ ਛੇੜਨੀਆਂ ਨਾ ਤਾਂ ਫਿਰ ਅਸੀਂ ਉੱਠ ਕੇ ਚੱਲ ਜਾਂਦੀਆਂ। ਮੈਂ ਐਡੀ ਵੀ ਮਾੜੀ ਨਹੀਂ ਗੀ, ਤੁਹਾਡੇ ਵਰਗੀ ਨਹੀਂ ਗੀ ਮੈਂ, ਜਿਹੜੀ ਮੂੰਹ ਪਾੜ ਕੇ ਕਹੂੰਗੀ ਵੀ ਮੇਰੇ ਘਰੋਂ ਉੱਠ ਕੇ ਤਾਂ ਚੱਲ ਜਾਓ, ਐਡੀ ਵੀ ਮੈਂ ਗਈ ਗੁਜਰੀ ਨਹੀਂ ਗੀ। ਬਹੋ ਚਾਹ ਪਾਣੀ ਬਣਾ ਕੇ ਲਿਆਉਂਦੀ ਹਾਂ ਅਤੇ ਤੁਹਾਨੂੰ ਪਿਆਲਦੀ ਹਾਂ, ਇੰਨਾ ਤਾਂ ਮੈਨੂੰ ਪਤਾ ਆ ਘਰ ਆਏ ਦਾ ਮਾਨ ਤਾਨ ਕਿੱਦਾਂ ਰੱਖੀਦਾ ਆ। ਭੈਣ ਜੀ ਚਾਹ ਰਹਿਣ ਦਿਓ, ਪਾਣੀ ਘੁੱਟ ਕੇ ਲੈ ਆਓ, ਗਲਾ ਹੀ ਸੁੱਕ ਗਿਆ ਗੱਲਾਂ ਕਰ ਕਰਕੇ। ਲਿਆਉਂਦੀ ਹਾਂ, ਕੋਸਾ ਕਰ ਲਿਓ ਮਾੜਾ ਜਿਹਾ। ਆਲੋ ਭੈਣ ਜੀ ਰਾਜਵਿੰਦਰ ਕਿੱਥੇ? ਉਹ ਤਾਂ ਵਾਂਢੇ ਗਏ ਜੇ ਰੱਖ, ਜਦੋਂ ਤੁਸੀਂ ਆਏ ਅੱਗੇ ਗਈ ਉਹ ਗਏ ਸੀ ਤੁਹਾਡੇ। ਭਾਬੀ ਘਰ ਦੇ ਕੰਮਾਂ ਕਾਰਾਂ ਤੋਂ ਇਲਾਵਾ ਤਾਂ ਤੁਹਾਨੂੰ ਕਦੀ ਮੇਰੇ ਨਾਲ ਕੋਈ ਕੰਮ ਨਹੀਂ ਪਿਆ, ਉਹ ਕਿਹੜਾ ਕੰਮ ਆ ਜਿਹੜਾ ਮੇਰੇ ਤੋਂ ਬਗੈਰ ਤੁਹਾਡਾ ਹੋ ਨਹੀਂ ਸਕਦਾ? ਤੇ ਤੁਸੀਂ ਮੀਂਹ ਵਰਤੇ ਜੇ ਜੋ ਆਈਆਂ ਜੇ ਤੇ ਤੁਸੀਂ ਕਵਲ ਨੂੰ ਨਾਲ ਲਿਆਉਂਦੀਆਂ। ਕਵਲ ਨੂੰ ਕਿੱਥੋਂ ਲਿਆਉਣਾ ਸੀ, ਕਵਲ ਤਾਂ ਘਰ ਛੱਡ ਕੇ ਚੱਲ ਗਿਆ ਭੈਣ ਜੀ। ਹਾਂ ਹਾਏ ਸੁੱਖੀ ਸਾਂਦੀ, ਕਵਲ ਕਿੱਥੇ ਚੱਲ ਗਿਆ ਘਰ ਛੱਡ ਕੇ? ਇਸੇ ਗੱਲ ਦਾ ਤਾਂ ਸਾਨੂੰ ਭੈਣ ਜੀ ਫਿਕਰ ਆ ਵੀ ਪਤਾ ਨਹੀਂ ਕਿੱਥੇ ਚੱਲ ਗਿਆ ਵਾ, ਨਾ ਫੋਨ ਕਰਦਾ ਤੇ ਨਾ ਸਾਡਾ ਚੁੱਕਦਾ ਹੀ ਆ। ਘਰ ਕੋਈ ਗੱਲ ਹੋਈ ਆ ਜਿਹੜਾ ਉਹ ਘਰ ਛੱਡ ਕੇ ਚੱਲ ਗਿਆ ਆ, ਏਦਾਂ ਤਾਂ ਜਾ ਹੀ ਨਹੀਂ ਸਕਦਾ। ਭੂਆ ਜੀ ਗੱਲ ਤੇ ਹੋਈ ਆ, ਗੱਲ ਇਹ ਹੋਈ ਆ ਕਿ ਭਾਬੀ ਸੰਦੀਪ ਆਪਣੇ ਪੇਕੇ ਚੱਲ ਗਈ ਆ।
ਅੱਛਾ ਫਿਰ ਆਹ ਗੱਲ ਆ, ਵੱਡਾ ਹੀ ਖਲਾਰਾ ਪਿਆ ਆ, ਤਾਂ ਹੀ ਫਿਰ ਮੇਰੇ ਵੱਲ ਆਈਆਂ ਜੇ। ਮੈਂ ਤੁਹਾਡੀ ਸਾਰੀ ਗੱਲ ਸੁਣ ਕੇ ਨਾ ਤੇ ਮੈਂ ਗੱਲ ਦਾ ਨਿਚੋੜ ਕੱਢ ਲਿਆ ਆ, ਲੱਗਦੀ ਤੇ ਆ ਤੁਹਾਨੂੰ ਮੈਂ ਬੁਰੀ, ਗੱਲ ਮੈਂ ਕਰਨੀ ਆ ਸੱਚੀ ਤੇ ਕਰਨੀ ਆ ਮੈਂ ਮੂੰਹ ਤੇ ਗੁੱਸਾ ਗਿਲਾ ਕਰੋ ਤੇ ਭਾਵੇਂ ਜੋ ਮਰਜ਼ੀ ਕਰੋ, ਆ ਸਾਰੇ ਪਵਾੜੇ ਦੀ ਜੜਾ ਕੁੜੀ ਹੋ। ਭੂਆ ਜੀ ਤੁਹਾਨੂੰ ਵੀ ਮੈਂ ਹੀ ਗਲਤ ਲੱਗਦੀ ਹਾਂ, ਹੁਣ ਮਾੜੀ ਮੋਟੀ ਗੱਲ ਤੇ ਘਰਾਂ ਦੇ ਵਿੱਚ ਕਰ ਹੀ ਲਈ ਦੀ ਹੈ ਨਾ, ਉਹ ਤੇ ਹੁਣ ਆਉਂਦੇ ਆ ਕਿ ਤੂੰ ਕੋਈ ਗੱਲ ਕਰ ਹੀ ਨਾ, ਇਸੇ ਗੱਲ ਦੇ ਚੱਕਰ ਵਿੱਚ ਮੈਂ ਫਸ ਜਾਂਦੀ ਹਾਂ, ਐਡੀ ਕੋਈ ਗੱਲ ਕੀਤੀ ਨਹੀਂ ਸੀ ਮੈਂ। ਇਹੋ ਜਿਹੀਆਂ ਗੱਲਾਂ ਤਾਂ ਤੁਸੀਂ ਕਿਸੇ ਹੋਰ ਨਾ ਕਰੋ ਜਿਹਨੂੰ ਕਿਸੇ ਨੂੰ ਤੁਹਾਡਾ ਪਤਾ ਨਾ ਹੋਵੇ, ਮੈਂ ਤਾਂ ਤੁਹਾਡੀ ਰਗ ਰਗ ਨੂੰ ਜਾਣਦੀ ਹਾਂ, ਅਤੇ ਨਾਲੇ ਤੂੰ ਨਾ ਬਹੁਤੀ ਦਖਲਅੰਦਾਜ਼ੀ ਕਰਨੀ ਜਿਹੜੀ ਉਹ ਛੱਡ ਦੇ, ਜਦੋਂ ਕੁੜੀਆਂ ਵਿਆਹੀਆਂ ਜਾਣ ਨਾ ਉਹਨਾਂ ਦਾ ਕੋਈ ਫਰਜ਼ ਨਹੀਂ ਹੁੰਦਾ ਮਾਂ ਪਿਓ ਦੇ ਘਰ ਇੰਨੀ ਚੌਧਰ ਕਰਨ ਦਾ। ਨੀ ਸਹੁਰੇ ਘਰ ਨਾ ਤੇਰੀ ਸੱਸ ਅਤੇ ਨਾ ਤੇਰੀ ਨਨਾਣ, ਅਤੇ ਸਿਆਣੇ ਆਉਂਦੇ ਹੁੰਦੇ ਆ ਨਾ ਵੀ ਕੁੜੀ ਆਪੇ ਪ੍ਰਧਾਨ, ਉਹ ਗੱਲ ਤੇਰੀ ਆ ਵੀ ਪੇਕਿਆਂ ਘਰ ਤੇਰੀ ਪੂਰੀ ਪ੍ਰਧਾਨਗੀ ਚੱਲਦੀ ਆ, ਅਤੇ ਨਾ ਤੂੰ ਆਪਣੀ ਪ੍ਰਧਾਨਗੀ ਛੱਡਦੀ ਆ, ਜੇ ਹੋਵੇ ਨਾ ਤੇਰੀ ਸੱਸ ਨਨਾਣ ਤਾਂ ਤੇਰੀਆਂ ਖਾਖਾਂ ਇੱਦਾਂ ਪਾਲ ਕੇ ਤੇ ਰੱਖ ਦੇ ਅਤੇ ਤੈਨੂੰ ਨਾਲੇ ਪਤਾ ਲੱਗ ਜੇ ਵੀ ਕਿੱਦਾਂ ਚੌਧਰਾ ਕਰੀ ਦੀਆਂ ਪੇਕਿਆਂ ਦੇ ਘਰ ਜਾ ਕੇ। ਭਾਬੀ ਤਾਂ ਬੜਾ ਟੋਰ ਪਾਉਂਦੀ ਆ, ਮੈਂ ਤਾਂ ਤੈਨੂੰ ਅੱਗੇ ਹੀ ਵੇਖ ਲਿਆ ਸੀ ਵੀ ਤੂੰ ਕਿੱਦਾਂ ਦੀ ਹੈਗੀ ਆ, ਹੈ ਨਹੀਂ ਤੇਰੇ ਵਰਗੀ ਨਨਾਣ ਕਿਤੇ ਤੈਨੂੰ ਮਿਲ ਜਾਂਦੀ ਨਾ, ਜਿੱਦਾਂ ਤੂੰ ਸੰਦੀਪ ਦੀ ਨਨਾਣ ਵਾ ਤਾਂ ਤੈਨੂੰ ਪਤਾ ਲੱਗ ਜਾਂਦਾ ਇੱਕ ਵਾਰੀ, ਤਾਂ ਉਹਨੇ ਤੈਨੂੰ ਦੱਸ ਵੀ ਪਤਾ ਦੇਣਾ ਸੀ ਵੀ ਮੈਂ ਕੀ ਚੀਜ਼ ਵਾਂ। ਹੁਣ ਮੂੰਹ ਸੁੱਟਿਆ ਠਾਂ ਨੂੰ, ਬੁਰੀ ਤਾਂ ਮੈਂ ਤੈਨੂੰ ਬੜੀ ਲੱਗਣ ਡਈ ਹਾਂ, ਮਨ 'ਚ ਤਾਂ ਗਾਲਾਂ ਹੀ ਕੱਢਦੀ ਹੋਣੀ ਆ। ਭੈਣ ਜੀ ਜਿਹੜੀ ਗੱਲ ਹੋਣੀ ਸੀ ਨਾ ਉਹ ਹੋ ਗਈ, ਇਹਨਾਂ ਗੱਲਾਂ ਨੂੰ ਤੁਸੀਂ ਛੱਡੋ, ਇਹ ਤਾਂ ਤੁਸੀਂ ਕੁੱਛੜ ਬਹਿ ਕੇ ਦਾੜੀ ਖਾਉਣ ਵਾਲਾ ਕੰਮ ਕਰਨ ਡਏ ਜੀ। ਹੁਣ ਇਹ ਗੱਲ ਦੱਸੋ ਸਾਨੂੰ ਵੀ ਸੰਦੀਪ ਨੂੰ ਲੈਣ ਵਾਸਤੇ ਸਾਡੇ ਨਾਲ ਚੱਲੋਗੇ ਕਿ ਜਾਂ ਨਹੀਂ। ਭਾਬੀ ਮੈਨੂੰ ਪਤਾ ਲੱਗ ਗਿਆ ਤੁਹਾਡੇ 'ਚ ਕਿੰਨੀ ਕੁ ਸਿਆਣਪ ਆ, ਤੁਸੀਂ ਪਹਿਲਾਂ ਆਪਣੇ ਜਵਾਈ ਨੂੰ ਨਾਲ ਲੈਣਾ ਸੀ ਅਤੇ ਫਿਰ ਮੇਰੇ ਵੱਲ ਆਉਂਦੇ ਹਾਂ। ਭੂਆ ਜੀ ਹੁਣ ਤੁਹਾਨੂੰ ਕੀ ਦੱਸੀਏ, ਤੁਹਾਡੇ ਤੋਂ ਝੂਠ ਨਹੀਂ ਅਸੀਂ ਬੋਲਦੇ, ਕੀਤੀ ਸੀ ਵਿੱਕੀ ਨਾਲ ਵੀ ਗੱਲ, ਉਹ ਵੀ ਮੇਰੇ ਨਾਲ ਲੜ ਕੇ ਨਾ ਚੱਲ ਗਏ ਆ, ਮੈਨੂੰ ਇੱਥੇ ਛੱਡ ਗਏ ਆ, ਕਹਿੰਦੇ ਮੈਂ ਨਹੀਂ ਤੈਨੂੰ ਖੜਨਾ, ਅਤੇ ਭੂਆ ਜੀ ਵੇਖ ਲਓ ਤੁਹਾਡੇ ਘੜੀ ਮੈਂ ਹੱਥ ਜੋੜਦੀ ਹਾਂ, ਤੁਸੀਂ ਮੇਰਾ ਘਰ ਬਚਾ ਸਕਦੇ ਜੀ, ਹੋਰ ਕੋਈ ਨਹੀਂ ਹੱਲ ਹੋ ਸਕਦਾ ਇਸ ਤੋਂ ਇਲਾਵਾ। ਹੁਣ ਵਿੱਕੀ ਵੀ ਕਹਿੰਦਾ ਵਾ ਵੀ ਜਿੰਨਾ ਚਿਰ ਸੰਦੀਪ ਨਾ ਆਪਣੇ ਸਹੁਰੇ ਆਏਗੀ ਉਹਨਾਂ ਚਿਰ ਤੂੰ ਵੀ ਆਪਣੇ ਸਹੁਰੇ ਨਹੀਂ ਜਾ ਸਕਦੀ ਹੈਗੀ, ਦੱਸੋ ਹੁਣ ਅਸੀਂ ਕੀ ਕਰੀਏ, ਹੁਣ ਤੁਸੀਂ ਜਾਓ ਤਾਂ ਸਾਡਾ ਹੱਲ ਹੋ ਸਕਦਾ। ਹੁਣ ਵੇਖਾਂ ਕਿੱਡੀ ਭੋਲੀ ਬਣੀ ਆ, ਕਿੱਦਾਂ ਮਗਰਮੱਛ ਵਾਂਗਾ ਥਰੂ ਕੇਰਦੀ ਆ, ਜਦੋਂ ਕੈਂਚੀ ਚੱਲਦੀ ਆ ਉਦੋਂ ਤਾਂ ਵੇਖਣਾ ਨਹੀਂ ਗਾ ਵੀ ਕਿਹੜੀ ਗੱਲ ਮੂੰਹੋਂ ਕੱਢਣੀ ਅਤੇ ਕਿਹੜੀ ਨਹੀਂ ਕੱਢਣੀ। ਹੁਣ ਖਲਾਰਾ ਪੈ ਗਿਆ ਤਾਂ ਹੁਣ ਭੂਆ ਜੀ ਸੁਲਾ ਹਾਡੀ ਕਰਾ ਦਿਓ, ਜੇ ਭੂਆ ਸੁਲਾ ਕਰਾ ਵੀ ਦੇਵੇ ਤਾਂ ਫਾਇਦਾ ਕੋਈ ਨਹੀਂ ਹੋਣਾ, ਤੀਜੇ ਦਿਨ ਫਿਰ ਮੂੰਹ ਐਡੇ ਐਡੇ ਮੋਟੇ ਤਾਂ ਬੁਰੀ ਵਿੱਚ ਮੈਂ ਬਾਹਨੂੰ, ਜਿਹੜਾ ਸੁਲਾ ਕਰਾ ਦੇ ਆਖਣਾ ਉਹ ਹੀ ਨਹੀਂ ਚੰਗਾ, ਮੇਰੇ ਕੋਲ ਨਹੀਂ ਤੁਹਾਡੀ ਸੁਲਾ ਹੁੰਦੀ। ਜਿੱਦਾਂ ਵੀ ਤੁਸੀਂ ਕਹੋਗੇ ਨਾ ਮੈਂ ਉੱਦਾਂ ਹੀ ਕਰਨ ਨੂੰ ਤਿਆਰ ਹਾਂ, ਬਸ ਮੇਰੀ ਇੱਕ ਵਾਰੀ ਸੁਲਾ ਕਰਾ ਦਿਓ। ਭੈਣ ਜੀ ਹੋਰ ਕਿਹਦੇ ਵੱਲ ਜਾਈਏ, ਆਪਣੇ ਭੈਣ ਭਰਾ ਜਾਂਦੇ ਨੇ, ਜੇ ਘਰਾਂ ਦੇ ਵਿੱਚ 100 ਗੱਲਾਂ ਬਾਤਾਂ ਹੁੰਦੀਆਂ ਨੇ ਤਾਂ ਸਾਂਝੇ ਭੈਣ ਭਰਾ ਨੂੰ ਕਹੀਦਾ ਵਾ, ਹੁਣ ਜਿੰਨੀ ਤੁਹਾਡੀ ਉਹ ਮੰਨਦੀ ਆ ਓਨੀ ਨਹੀਂ ਹੋਰ ਕਿਸੇ ਦੀ ਵੀ ਮੰਨਦੀ ਹੈਗੀ, ਤੁਸੀਂ ਜਾਓ ਤਾਂ ਇਹ ਮਸਲਾ ਹੱਲ ਹੋ ਸਕਦਾ ਵਾ, ਤੁਸੀਂ ਹੁਣ ਮੇਰੇ ਨਾਲ ਤੁਰੋ ਅਤੇ ਚਲੋ ਜਾ ਕੇ ਮਨਾ ਕੇ ਲੈ ਆਈਏ, ਇੱਦਾਂ ਨਾ ਕਰੋ। ਮੰਨ ਲਓ ਮੈਂ ਤੁਹਾਡੇ ਨਾਲ ਚੱਲ ਜਾਂਦੀ ਹਾਂ ਅਤੇ ਜੇ ਅਗਲੀ ਨਾ ਮੰਨੀ ਨਾ ਸਾਡੇ ਨਾਲ ਤੁਰੀ ਤਾਂ ਮੇਰੇ ਪੱਲੇ ਕੀ ਰਾਜੂ, ਬੇਇੱਜ਼ਤੀ ਤਾਂ ਮੇਰੀ ਹੋਊਗੀ ਨਾ। ਭੂਆ ਜੀ ਹਾਂ ਗੱਲ ਤਾਂ ਹੈ ਝੂਠੀ, ਜਿੰਨੀ ਉਹ ਤੁਹਾਡੀ ਮੰਨਦੀ ਹੈ ਨਾ ਓਨੀ ਤਾਂ ਹੋਰ ਕਿਸੇ ਦੀ ਸੁਣਦੀ ਗਿਣਦੀ ਵੀ ਨਹੀਂ ਹੈਗੀ, ਜੇ ਤੁਸੀਂ ਚਾਹੋ ਨਾ ਫਿਰ ਸਾਡੀ ਸੁਲਾਹ ਹੋ ਸਕਦੀ ਆ। ਮੈਂ ਨਹੀਂ ਤੁਹਾਡੀ ਸੁਲਾਹ ਕਰਾਉਣੀ, ਜੇ ਮੈਨੂੰ ਕਵਲ ਕਹੂਗਾ ਤਾਂ ਮੈਂ ਸੁਲਾਹ ਵੀ ਕਰਾ ਦੂੰਗੀ ਅਤੇ ਸੰਦੀਪ ਨੂੰ ਵੀ ਲੈ ਆਊਂਗੀ, ਤੁਹਾਡੇ ਕਹਿਣ 'ਤੇ ਨਹੀਂ ਮੈਂ ਜਾਣਾ।
ਇਹਦਾ ਮਤਲਬ ਕਿ ਤੁਹਾਡੇ ਵੱਲੋਂ ਨਾ ਹੀ ਆ। ਹਾਂ ਮੇਰੇ ਵੱਲੋਂ ਨਾ ਹੀ ਆ। ਤੁਸੀਂ ਫਿਰ ਚਾਹੁੰਦੇ ਨਹੀਂ ਆ ਕਿ ਸਾਡੀ ਸੁਲਾਹ ਹੋ ਜੇ? ਤੁਸੀਂ ਤੇ ਫਿਰ ਖੁਸ਼ ਜੇ ਨਾ ਕਿ ਵਾਵਾ ਲੜੀਆਂ ਵਾ ਤੇ ਲੜੀਆਂ ਹੀ ਰਹਿਣ। ਨਾ ਮੈਂ ਖੁਸ਼ ਹੀ ਆ ਤੇ ਨਾ ਮੈਂ ਚਾਹੁੰਦੀ ਆ ਵੀ ਤੁਸੀਂ ਲੜੀਆਂ ਰਹੋ। ਉਹ ਤੁਹਾਨੂੰ ਹੀ ਪਤਾ ਹੋਵੇ ਮਾਵਾਂ ਧੀਆਂ ਨੂੰ। ਅੱਛਾ ਕਵਲ ਦੇ ਆਇਆਂ ਜ਼ਿਆਦਾ ਗੱਲ ਬਣਦੀ ਆ, ਸਾਡੀ ਮਾਵਾਂ ਧੀਆਂ ਦੇ ਆਇਆਂ ਦਾ ਕੋਈ ਬੋਲ ਨਹੀਂ ਹੈਗਾ। ਉਹ ਵਿਚਾਰੀ ਦੋ ਹੱਥ ਜੋੜ ਰਹੀ ਤੁਹਾਡੇ ਅੱਗੇ, ਉਹਦੀ ਕੋਈ ਨਹੀਂ ਮੰਨੀ ਜਾਣੀ। ਹੱਥੋਂ ਆਪਣੇ ਮਤਬ ਨੂੰ ਜੋੜਨ ਡਈ ਆ, ਉਦਾਂ ਤੇ ਇਹਨਾਂ ਹੱਥਾਂ ਨਾਲ ਮੈਨੂੰ ਕਿਤੇ ਉਹ ਪਾਣੀ ਦਾ ਘੁੱਟ ਨਾ ਦੇਵੇ। ਇਹਦਾ ਮਤਲਬ ਤੁਸੀਂ ਨਹੀਂ ਜਾਣਾ ਫਿਰ? ਨਹੀਂ ਮੈਂ ਨਹੀਂ ਜਾਣਾ, ਕਵਲ ਕਹੂ ਤੇ ਜਾਣਾ ਆ। ਚੱਲ ਫਿਰ ਚੱਲੀਏ ਕੁੜੀਏ। ਭੂਆ ਜੀ ਢਿੱਡੋਂ ਤੁਸੀਂ ਤੇ ਨਹੀਂ ਜਾਂਦੇ ਕਿ ਸਾਡੀ ਸੁਲਾਹ ਹੋ ਜੇ? ਨਹੀਂ ਨਹੀਂ ਮੈਂ ਨਹੀਂ ਚਾਹੁੰਦੀ। ਭੂਆ ਜੀ ਇਹਦਾ ਮਤਲਬ ਤੇ ਫਿਰ ਇਹੋ ਹੀ ਆ ਨਾ, ਤੁਸੀਂ ਢਿੱਡੋਂ ਸਾਨੂੰ ਤੇ ਨਹੀਂ ਨਾ ਪਿਆਰ ਕਰਦੇ, ਪਿਆਰ ਤੇ ਤੁਸੀਂ ਫਿਰ ਕਵਲ ਸੰਦੀਪ ਨੂੰ ਕਰਦੇ ਹੋਏ ਨਾ। ਨਹੀਂ ਪਹਿਲਾਂ ਮੈਂ ਤੁਹਾਨੂੰ ਬਥੇਰਾ ਪਿਆਰ ਕਰਦੀ ਹਾਂ, ਹੁਣ ਢਿੱਡੋਂ ਜਿੱਦਾਂ ਦੀਆਂ ਤੁਸੀਂ ਜੇ ਉਦਾਂ ਦੀ ਮੈਂ ਹੋ ਗਈ ਹਾਂ। ਉੱਠੋ ਮੰਮੀ ਚੱਲੀਏ, ਕੋਈ ਫਾਇਦਾ ਨਹੀਂ ਹੈਗਾ ਇੱਥੇ ਮਿੰਤਾ ਤਰਲੇ ਕਰਨ ਦਾ, ਵਾਧੂ ਦੀ ਕੁੱਤੇ ਖਾਣੀ ਆ। ਉਹ ਕਿਉਂ ਜਾਣਾ ਆ, ਰੋਟੀ ਖਾ ਕੇ ਜਾਇਓ, ਬਥੇਰੀਆਂ ਰੋਟੀਆਂ ਖਵਾ ਦਿੱਤੀਆਂ ਉਦੋਂ ਦੀਆਂ। ਕਿੱਦਾਂ ਮਾਵਾਂ ਧੀਆਂ ਮੋਮੋ ਠੱਗਣੀਆਂ ਬਣ ਕੇ ਆਈਆਂ ਵਾ, ਇਹਨਾਂ ਦੇ ਦਿਲ 'ਚ ਹੀ ਵੀ ਜਾਂਦੀਆਂ ਵਾ, ਅਤੇ ਭੂਆ ਨੂੰ ਜਿੱਦਾਂ ਕਿਹਾ ਭੂਆ ਨੇ ਤਾਂ ਸਾਡੇ ਮਗਰ ਲੱਗ ਹੀ ਜਾਣਾ, ਹੁਣ ਨਾ ਮੈਂ ਤੁਹਾਡੇ ਮਗਰ ਲੱਗੀ। ਉਹ ਵੇਲੇ ਗਏ ਜਦੋਂ ਮੈਂ ਤੁਹਾਡੀਆਂ ਗੱਲਾਂ 'ਚ ਆ ਜਾਂਦੀ ਹਾਂ, ਤੁਹਾਡਾ ਤਾਂ ਉਹ ਕੰਮ ਹੀ ਹੋ ਵੀ ਮਤਬਲ ਵੇਲੇ ਗਧੇ ਨੂੰ ਬਾਪ ਬਣਾ ਲਓ, ਅਤੇ ਜਦੋਂ ਮਤਬਲ ਨਿਕਲ ਗਿਆ ਤੂੰ ਕਹੋਂ ਤਾਂ ਮੈਂ ਕੌਣ। ਉਹ ਬੂਆ ਤਾਂ ਖੁੱਲਾ ਹੀ ਆ। ਖੁੱਲਿਆ ਵਾ। ਓਹੋ ਹੋ। ਭਰਾਵਾ ਨਾ ਆ ਕੇ ਜੇ ਉੱਪਰ ਗਿਆ ਆ ਜਾਂ ਵੀ ਚੰਬੜ ਗਿਆ। ਹੂੰ। ਆ ਮੈਨੂੰ ਚੁੱਕੋ ਹੈ। ਚੱਲ ਵਧੀਆ ਕੀਤਾ ਮੋਰਚਾ ਮਾਰ ਲਿਆ ਵਾ ਕੇ। ਓ ਯਾਰ ਮੇਰੇ ਨਾਲ ਤਾਂ ਬਹੁਤੀ ਮਾੜੀ ਹੋਈ। ਕਿਉਂ? ਨਹਾਉਂਦਿਆਂ ਬੱਤੀ ਬੰਦ ਹੋ ਗਈ। ਹੂੰ। ਮੈਂ ਤਾਂ ਠਰ ਗਿਆ। ਹੂੰ। ਹਾਂ। ਮਮਾ। ਸਬਜ਼ੀ ਚੱਕ ਕਰੋ ਨਾ। ਤਰੀ ਦੇ ਜ਼ਿਆਦਾ ਸ਼ੌਕੀਨ ਆ ਨਾ। ਗੱਲ ਨੀ ਵੈਸੇ ਤਰੀ ਚ ਸਵੇਰੇ ਦੋ ਆਲੂ ਹੋਰ ਬਾਲ ਕੇ ਸੁੱਟ ਲਾਂਗੇ। ਤੁਹਾਡੇ ਨਾਲ ਦੀ ਚੰਗੀ ਭਲੀ ਸੀ, ਤੁਸੀਂ ਵੀ ਛੜੇ ਹੋ ਕੇ ਬਹਿ ਗਏ। ਉਹ ਕੀ ਦੱਸਾਂ ਭਰਾਵਾ, ਸਮਝ ਲਾ ਕਿ ਮੇਰੀ ਮੱਤ ਤੇ ਪੜਦਾ ਹੀ ਪੈ ਗਿਆ, ਨਹੀਂ ਤੇ ਸੰਦੀਪ ਨੇ ਮੇਰਾ ਬੜਾ ਸਾਥ ਦਿੱਤਾ ਸੀ। ਆਹ ਤੇ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜਿਹੜਾ ਤੁਸੀਂ ਮੇਰੇ ਨਾਲ ਗਏ, ਤੇ ਚਲੋ ਉਹ ਸਮਝ ਗਈ ਇਹ ਗੱਲ ਨੂੰ ਤੇ ਮੰਨ ਗਈ ਆ। ਚੱਲ ਮੈਂ ਤਾਂ ਨਾਲ ਜਾਣਾ ਜਾਣਾ ਸੀ, ਹੱਥ ਪੱਲਾ ਤੇ ਉੱਧਰ ਤੂੰ ਵੀ ਬਥੇਰਾ ਜੋੜਿਆ ਸੀ ਜਾ ਕੇ, ਤਾਂ ਹੀ ਮੰਨੇ ਆ ਉਹ, ਸੌਖੇ ਤੋਂ ਵੀ ਨਹੀਂ ਮੰਨੇ। ਮੈਨੂੰ ਤਾਂ ਲੱਗਣ ਡਿਆ ਕਿਤੇ ਬਾਹਰੋਂ ਬਾਹਰ ਹੀ ਨਾ ਦੌੜਾ ਲਾਉਣ। ਉਹ ਭਰਾਵਾ ਮੈਨੂੰ ਤਾਂ ਇੱਥੋਂ ਤੱਕ ਡਰ ਸੀ ਕਿ ਜੋ ਕੁਝ ਮੈਂ ਉੱਥੇ ਕਰਕੇ ਆਇਆ ਸੀ ਨਾ ਉਹ ਕਿਤੇ ਮੈਨੂੰ ਢਾ ਕੇ ਡਾਂਗ ਨਾ ਫੇਰ ਨਾ ਅਗਲੇ। ਅਸੀਂ ਤਾਂ ਸਗੋਂ
ਕੀ ਆਂਦੇ ਹੁੰਦੇ ਉਹ ਸਸਤੇ ਹੀ ਨਿਕਲ ਆਏ ਉੱਥੋਂ। ਸਹੀ ਗੱਲ ਆ। ਚਲੋ ਕੋਈ ਨਹੀਂ, ਮੈਂ ਤਾਂ ਇਹ ਕਹਿੰਦਾ ਵਾ ਕਿ ਇਹਨਾਂ ਮਾਵਾਂ ਧੀਆਂ ਨੂੰ ਅਗਲਾ ਜੇ ਸਮਝ ਲਾ ਕਿ ਸਾਰਾ ਕੁਝ ਹੀ ਸਹੀ ਹੋ ਜਾਣਾ। ਝਟਕਾ ਤੁਹਾਨੂੰ ਬੜਾ ਵੱਡਾ ਦਿੱਤਾ, ਵੇਖੋ ਹੁਣ ਅੱਗੇ ਕੀ ਬਣਦਾ ਵਾ। ਆਹੋ ਭਰਾਵਾ, ਝਟਕੇ ਦੇਣ ਦਾ ਕਰਕੇ ਤਾਂ ਹੱਥ ਆਪਣੇ ਲੂਣ ਡੇ ਆਪ। ਮੇਹਰ ਨੂੰ ਮਾਰ ਲਓ ਆਵਾਜ਼, ਖਾਲੇ ਇੱਕ ਅੱਧੀ ਬੁਰਕੀ। ਮੇਹਰ ਖਾਣੀ ਰੋਟੀ ਬੂੰਦੀ ਦੇ ਵਾਲੇ ਹੋਈ ਆ ਖਾਣੀ ਆ। ਖਾਲੋ ਖਾਲੋ ਫਿਰ। ਰੋਟੀਆਂ ਵੇਖ ਲਓ ਕਿੱਦਾਂ ਫੁੱਲਣ ਡੀਆਂ, ਜਾਪ ਦੀ ਵਾਹਵਾ ਭੁੱਖ ਲੱਗੀ ਤੁਹਾਨੂੰ ਹੈ। ਚੱਲ ਉੱਦਾਂ ਤੁਸੀਂ ਮੇਰੇ ਕੋਲ ਕਿੱਥੇ ਆ ਕੇ ਰਹਿਣਾ ਸੀ, ਹੁਣ ਬਹਾਨੇ ਨਾਲ ਚਾਰ ਦਿਨ ਖਾਓਗੇ ਤਾਂ ਸਹੀ ਮੇਰੇ ਹੱਥਾਂ ਦੀਆਂ। ਉੱਦਾਂ ਨਾ ਮੈਨੂੰ ਪਤਾ ਲੱਗ ਗਿਆ ਤੁਸੀਂ ਪ੍ਰੀਤ ਨੂੰ ਲੜ ਕੇ ਕਿਹੜੀ ਗੱਲੋਂ ਭੇਜ ਦਿੰਦੇ ਹੁੰਦੇ ਸੀ। ਕਿਹੜੀ ਗੱਲੋਂ? ਅਸਲ 'ਚ ਸਬਜ਼ੀ ਸੁਬਜ਼ੀ ਆਪ ਨੂੰ ਆਉਂਦੀ ਆ ਨਾ ਸਵਾਦ ਬਣਾਉਣੀ, ਆਹੋ ਡਰ ਨਹੀਂ ਹੁੰਦਾ ਕੋਈ ਵੀ ਭੁੱਖੇ ਰਹਿ ਜਾਂਗੇ। ਤਾਂ ਇਹ ਤਾਂ ਆਪਣੇ ਹੱਥ ਸਿੱਧੇ ਕੀਤੇ ਆ ਰੋਟੀ ਪਾਣੀ ਬਣਾਉਣ 'ਚ ਭਰਾਵਾ, ਪਤਾ ਵਾ ਨਾ ਮੈਨੂੰ ਕਿ ਤੇਰੀ ਭੈਣ ਹੈ ਉਹੋ ਜਿਹੀ ਆ, ਕਿਸੇ ਵੇਲੇ ਵੀ ਜਾ ਸਕਦੀ ਹੈ ਇੱਥੋਂ। ਯਾਰ ਮੈਨੂੰ ਹਰ ਪਾਸੇ ਤੁਸੀਂ ਤਾਨੇ ਮਿਹਣੇ ਮਾਰੀ ਜਾਣੇ ਆ। ਹਲ ਫੜ ਮੇਹਰ, ਪੁੱਤ ਮਾਮੇ ਦਾ ਰੋਟੀ ਖਾ ਲਾ। ਹੈ ਨਹੀਂ ਖਾਣੀ? ਅੱਜ ਕਿਹਦੇ ਨਾਲ ਸੋਣਾ, ਮਾਮੇ ਨਾਲ ਸੋਣਾ ਕਿ ਪਾਪਾ ਨਾਲ? ਪਾਪਾ ਨਾ। ਚੱਲ ਮਾਮੇ ਨਾਲ ਵੀ ਸੋ ਜਾਈ ਇੱਕ ਦੋ ਦਿਨ, ਕਿਤੇ ਮਾਮਾ ਕਵੇ ਹੀ ਨਾ। ਹੈ ਸੱਚੀ ਬੜਾ ਪਿਆਰ ਕਰਦੀ ਹੈ। ਮੈਂ ਤਾਂ ਇਹਦੇ ਕਰਕੇ ਬਸ ਜੀਣ ਡਿਆ।